ਸਾਡੇ ਸਿੱਖ ਨੌਜਵਾਨਾਂ ਨੂੰ ਖੋ ਖੋ ਕੇ ਫਿਰ ਮੁਕਾਬਲੇ ਬਣਾ ਕੇ ਮਾਰਿਆ ਜਾ ਰਿਹਾ ਸੀ। ਬਜ਼ੁਰਗਾਂ ਦੀਆਂ ਥਾਣਿਆਂ ਦੇ ਵਿੱਚ ਗਾਲੀਆਂ ਪੁੱਟੀਆਂ ਜਾ ਰਹੀਆਂ ਸੀ ਤੇ ਜਿਸ ਮੁੱਖ ਮੰਤਰੀ ਦੇ ਰਾਜ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਸੀ ਉਸ ਮੁੱਖ ਮੰਤਰੀ ਨੂੰ ਸੋਧਾ ਇਹਨਾਂ ਸਾਡੇ ਸੂਰਬੀਰ ਯੋਧਿਆਂ ਨੇ ਇਹ ਲਾ ਕੇ ਸਾਰੇ ਸੰਸਾਰ ਨੂੰ ਦੱਸਿਆ ਕੌਮ ਚੱਕੇ ਅੰਤ ਪਾ ਕੌਮ ਦੀ ਜਿਹੜੀ ਪੱਗ ਰੁਲ ਗਈ ਸੀ ਉਹਨੂੰ ਬਚਾਉਣ ਦਾ ਭਰਪੂਰ ਯਤਨ ਕੀਤਾ। ਹੋ ਕੀ ਰਿਹਾ ਸੀ ਥਾਣਿਆਂ ਦੇ ਵਿੱਚ ਸਾਡੇ ਸਿੱਖ ਨੌਜਵਾਨਾਂ ਨੂੰ ਖੋ ਖੋ ਕੇ ਫਿਰ ਮੁਕਾਬਲੇ ਬਣਾ ਕੇ ਮਾਰਿਆ ਜਾ ਰਿਹਾ ਸੀ। ਬਜ਼ੁਰਗਾਂ ਦੀਆਂ ਥਾਣਿਆਂ ਦੇ ਵਿੱਚ ਗਾਲੀਆਂ ਪੁੱਟੀਆਂ ਜਾ ਰਹੀਆਂ ਸੀ ਕਿਸ ਤਰ੍ਹਾਂ ਦੀ ਬੇਪੱਤ ਹੋ ਰਹੀ ਸੀ ਤੇ ਜਿਸ ਮੁੱਖ ਮੰਤਰੀ ਦੇ ਰਾਜ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਸੀ ਉਸ ਮੁੱਖ ਮੰਤਰੀ ਨੂੰ ਸੋਧਾ ਇਹਨਾਂ ਸਾਡੇ ਸੂਰਬੀਰ ਯੋਧਿਆਂ ਨੇ ਇਹ ਲਾ ਕੇ ਸਾਰੇ ਸੰਸਾਰ ਨੂੰ ਦੱਸਿਆ ਕਿ ਕੌਮ ਚੱਜੇ ਅਣਖ ਬਾਕੀ ਹੈ। ਪਰ ਅੱਜ ਜਦੋਂ ਅਸੀਂ ਝਾਤ ਮਾਰਦੇ ਹਾਂ ਤੇ ਉਸੇ ਮੁੱਖ ਮੰਤਰੀ ਦੇ ਵਾਰਸ ਸਦਾ ਸੁੱਖ ਭੋਗ ਰਹੇ ਤੇ ਈਵੀਐਮ ਕਲਿੱਕ ਦੇ ਵਿੱਚ ਸਾਡੇ ਸਿੱਖਾਂ ਨੇ ਵੀ ਯੋਗਦਾਨ ਪਾਇਆ ਬਾਕੀਆਂ ਦੇ ਨਾਲ ਨਾਲ। ਇਹ ਸਭ ਤੋਂ ਵੱਡੀ ਕਿਸਮਤੀ ਹੈ ਸਾਡੀ ਕਿ ਈਵੀਐਮ ਕਲਿੱਕ ਜਦੋਂ ਕੀਤੀ ਹੈ ਉਦੋਂ ਸਾਡੇ ਸਿੱਖਾਂ ਨੇ ਵੀ ਯੋਗਦਾਨ ਪਾਇਆ ਉਹਨਾਂ ਦੇ ਵਾਰਸਾਂ ਨੂੰ ਸਦਾ ਤੇ ਪਹੁੰਚਾਉਣ ਦੇ ਲਈ ਤੇ ਅੱਜ ਉਹ ਸਾਨੂੰ ਚੜਾ ਲਏ। ਸਾਡੀ ਵਿਡੰਬਣਾ ਇਹ ਹੈ ਕਿ ਪਹਿਲਾਂ ਤਾਂ ਅਸੀਂ ਵੱਖ ਵੱਖ ਵਿਚਾਰਾਂ ਵਾਲੇ ਇਕੱਠੇ ਨਹੀਂ ਹੁੰਦੇ ਤੇ ਜੇ ਕਿਤੇ ਸਬੱਬੀ ਹੋ ਜਾਂਦੇ ਹਾਂ ਜਿਵੇਂ ਅੱਜ ਹੋ ਕੇ ਬੈਠੇ ਹਾਂ ਅਸੀਂ ਮਿਣੋ ਮਿਣੇ ਜੀ ਹੋ ਕੇ ਉੱਠ ਖੜਦੇ ਚਲੇ ਜਾਂਦੇ ਹਾਂ। ਚਾਹੀਦਾ ਕੀ ਹੈ ਕਿ ਇੱਕ ਤਾਂ ਸਮੱਸਿਆਵਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ। ਭਾਈ ਸਾਹਿਬ ਭਾਈ ਗੇਰਾ ਜੀ ਨੇ ਕੁਝ ਸਮੱਸਿਆਵਾਂ ਦਾ ਉਲੇਖ ਕੀਤਾ ਕਿ ਅਸੀਂ ਵੱਖ ਵੱਖ ਵਿਚਾਰਾਂ ਵਾਲੇ ਲੋਕ ਇਕੱਠੇ ਹੋ ਕੇ ਬੈਠੀਏ ਇਕੱਠੇ ਹੋ ਕੇ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰੀਏ ਤੇ ਫਿਰ ਉਹਨਾਂ ਸਮੱਸਿਆਵਾਂ ਦਾ ਹੱਲ ਕਿਵੇਂ ਹੋ ਸਕਦਾ ਹੈ ਅਜੋਕੀਆਂ ਪ੍ਰਸਥਿਤੀਆਂ ਦੇ ਵਿੱਚ ਉਹ ਅਸੀਂ ਬੈਠ ਕੇ ਸੋਚੀਏ। ਕੌਣ ਕਿੰਨਾ ਯੋਗਦਾਨ ਪਾ ਸਕਦਾ ਹੈ ਕੌਣ ਕਿਹੜਾ ਯੋਗਦਾਨ ਪਾ ਸਕਦਾ ਹੈ ਤੇ ਜੇ ਕੋਈ ਯੋਗਦਾਨ ਪਾਉਣ ਵਾਸਤੇ ਤਿਆਰ ਨਹੀਂ ਹੈ ਉਹਦੇ ਤੇ ਪ੍ਰੈਸ਼ਰ ਬਿਲਡ ਕਿਵੇਂ ਕਰਨਾ ਹੈ ਇਹ ਸਾਰੀਆਂ ਗੱਲਾਂ ਰਲ ਮਿਲ ਕੇ ਬੈਠ ਕੇ ਵਿਚਾਰਨ ਦੀ ਜ਼ਰੂਰਤ ਹੈ ਅੱਜ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ। ਆਰਐਸਐਸ ਦਾ ਜ਼ਿਕਰ ਕੀਤਾ ਹੀਰਾ ਸਾਹਿਬ ਨੇ 6 ਕਰੋੜ ਵਲੰਟੀਅਰ ਨੇ ਉਹਨਾਂ 6 ਕਰੋੜ ਔਰ 6 ਕਰੋੜ ਦੇ ਵਿੱਚ ਇੱਕ ਸੁਰਤ ਹੈ ਸਾਡੇ ਅੱਜ ਕੀ ਹੋਇਆ ਥਾਪੜਾ ਦੇ ਕੇ ਸਾਡੇ ਵਿਰੋਧੀਆਂ ਨੇ ਸਾਡੇ ਹੀ ਭਰਾ ਤੋਂ ਸਾਡਾ ਹੀ ਧਰਮ ਸਾਣ ਤੇ ਚੜਾਤਾ ਤਰਕ ਦੀ ਸਾਣ ਤੇ ਚੜਾਤਾ ਤੇ ਜਦੋਂ ਧਰਮ ਤਰਕ ਦੀ ਸਾਣ ਤੇ ਚੜ ਜੇ ਤੇ ਉਹਨੂੰ ਘਸਾਉਣਾ ਸ਼ੁਰੂ ਕਰਦੀ ਹੈ ਨਾ ਤੇ ਫਿਰ 0 ਵੱਜਦੀ ਹੈ 0 0 0 ਤੋਂ ਬਾਅਦ ਕੁਝ ਨਹੀਂ ਹੋਣਾ 0 ਮਿਲਣੀ ਤੇ ਅਸੀਂ 600 ਵੀ ਨਹੀਂ ਇਕੱਠਾ ਹੋ ਸਕਿਆ 6000 ਤਾਂ ਬਹੁਤ ਦੂਰ ਦੀ ਗੱਲ 600 ਵੀ ਇਕੱਠਾ ਨਹੀਂ ਹੋ ਸਕਿਆ
ਇਹ ਸਾਡੀ ਸਮੱਸਿਆ ਹੈ। ਅਸੀਂ ਇਹਨੂੰ ਰਲ ਮਿਲ ਕੇ ਬੈਠ ਕੇ ਸੋਚਣਾ ਕਿ ਕਿਸ ਤਰ੍ਹਾਂ ਜਿਹੜਾ ਹੈ ਇਹਦਾ ਅਸੀਂ ਸਮਾਧਾਨ ਕਰੀਏ। ਕੁਝ ਨੌਜਵਾਨ ਮੇਰੇ ਕੋਲ ਆਏ, ਉਹਨਾਂ ਨੇ ਇੱਕ ਕਿਹਾ ਕਿ ਕੌਮ ਦਾ ਭਵਿੱਖ ਜਿਹੜਾ ਹੈ ਆਉਣ ਵਾਲਾ ਉਹ ਕਿਹੋ ਜਿਹਾ ਕੀ ਹੋਵੇਗਾ। ਅਜੇ ਉਹ ਸੋਚ ਰਿਹਾ ਹਰ ਕੋਈ ਕਿ ਭਵਿੱਖ ਦੇ ਵਿੱਚ ਕੀ ਹੋਏਗਾ, ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾਂਦੇ। ਅੱਗ ਤਾਂ ਲੱਗੀ ਹੈ ਚਾਰ ਛੁਪੇਰੇ, ਕੋਈ ਸ਼ੱਕ ਨਹੀਂ ਹੈ ਅੱਗ ਚਾਰ ਛੁਪੇਰੇ ਸਾਡੇ ਬਲ ਰਹੀ ਹੈ, ਪਰ ਅੱਗ ਦੀਆਂ ਚੀਤਾਂ ਖਾਣੀ ਕੁਝ ਸੁਖਦ ਵੀ ਨਜ਼ਰ ਆ ਗਿਆ। ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਜੇ ਸਾਡੀ ਕੌਮ ਦੀ ਲੀਡਰਸ਼ਿਪ ਸਿਆਣੀ ਹੋਈ ਤੇ ਅਸੀਂ ਕੁਝ ਨਾ ਕੁਝ ਲੈ ਡਿੱਗਾਂਗੇ। ਜਿਸ ਕਿਸਮ ਦਾ ਮਾਹੌਲ ਆਉਣ ਵਾਲੇ ਸਮੇਂ ਦੇ ਵਿੱਚ ਬਣਨ ਦੀ ਸੰਭਾਵਨਾ ਬਣਦੀ ਜਾ ਰਹੀ ਹੈ, ਤੇ ਜੇ ਸੰਤਾਲੀਆਂ ਨੂੰ ਅਸੀਂ ਮਾਤ ਖਾ ਗਏ ਤੇ ਫਿਰ ਅਗਲੇ 100 ਸਾਲ ਤੱਕ ਅਸੀਂ ਭਟਕਣ ਚ ਪਏ ਰਹਾਂਗੇ, ਅਗਲੇ 100-200 ਸਾਲ ਤੱਕ ਵੀ ਪੈ ਸਕਦੇ। ਅੱਜ ਲੋੜ ਹੈ ਅਸੀਂ ਸਾਰੇ ਜਿਹੜੇ ਰਲ ਮਿਲ ਕੇ ਬੈਠੀਏ। ਜੇ ਕੋਈ ਮਤਭੇਦ ਹੈ ਸਾਡੇ ਦਰਮਿਆਨ, ਕੋਈ ਗਿਰੇ ਸ਼ਿਕਵੇ ਹੈ ਸਾਡੇ ਦਰਮਿਆਨ, ਹੁੰਦੇ ਕਿਹਦੇ ਚ ਨੇ? ਕੀ ਮੀਆਂ ਬੀਬੀ ਦੇ ਵਿੱਚ ਮਤਭੇਦ ਨਹੀਂ ਹੁੰਦੇ? ਕੀ ਇੱਕ ਪਰਿਵਾਰ ਚ ਮਤਭੇਦ ਨਹੀਂ ਹੁੰਦੇ? ਤੇ ਜੇ ਸਾਡੇ ਚ ਮਤਭੇਦ ਹੈ, ਰਾਜਸੀ ਮਤਭੇਦ ਹੈ, ਸਮਾਜਿਕ ਮਤਭੇਦ ਹੈ, ਕੋਈ ਧਾਰਮਿਕ ਇਸ਼ੂਜ ਨੇ, ਤੇ ਘੱਟੋ ਘੱਟ ਇਕੱਠੇ ਹੋ ਕੇ ਮਿਲ ਕੇ ਬੈਠ ਕੇ ਵਿਚਾਰ ਕਰਨਾ ਤਾਂ ਸਿੱਖ ਲਈਏ ਨਾ। ਤੇ ਜਦੋਂ ਅਸੀਂ ਇਕੱਠੇ ਹੋ ਕੇ ਬਹਿ ਗਏ ਨਾ ਵਿਚਾਰ ਕਰਨ ਵਾਸਤੇ ਪਿਆਰ ਸਤਿਕਾਰ ਦੇ ਨਾਲ, ਸੱਚ ਜਾਣੇ ਅਸੀਂ ਕਾਮਯਾਬ ਹੋਵਾਂਗੇ। ਪਤਾ ਕਿਉਂ? ਕਿਉਂਕਿ ਉਦੋਂ ਗੁਰੂ ਕਿਰਪਾ ਕਰੂ ਸਾਡੇ ਤੇ, ਉਦੋਂ ਗੁਰੂ ਬਖਸ਼ਿਸ਼ ਕਰੂ ਸਾਡੇ ਤੇ। ਤੇ ਗੁਰੂ ਤਾਂ ਹੀ ਬਖਸ਼ਿਸ਼ ਕਰ ਰਿਹਾ ਕਿਉਂਕਿ ਅਸੀਂ ਰਲ ਮਿਲ ਕੇ ਬੈਠ ਕੇ ਆਪਸ ਦੇ ਵਿੱਚ ਸੰਵਾਦ ਰਚਾਉਣ ਦੀ ਜਿਹੜੀ ਜੁਗਤ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਖਸ਼ੀ ਸੀ ਉਹਨੂੰ ਅਸੀਂ ਛੱਡ ਚੁੱਕੇ ਹਾਂ। ਅੱਜ ਜ਼ਰੂਰਤ ਇਸ ਗੱਲ ਦੀ ਹੈ। ਕੌਮ ਦੇ ਸ਼ਹੀਦ, ਕੌਮ ਦਾ ਸਰਮਾਇਆ ਹੈ, ਤੇ ਇਹ ਕਹਿੰਦੇ ਮੇਰੇ ਨਹੀਂ, ਬਲਕਿ ਜਿਹੜਾ ਸਿੱਖ ਗੁਰੂ ਗ੍ਰੰਥ ਗੁਰੂ ਪੰਥ ਦੇ ਉੱਤੇ ਭਰੋਸਾ ਰੱਖਦਾ ਹੈ, ਉਹਨਾਂ ਦੇ ਚੇਤਿਆਂ ਦੇ ਵਿੱਚ, ਉਹਨਾਂ ਦੀਆਂ ਸਿਮਰਤੀਆਂ ਦੇ ਵਿੱਚ ਸ਼ਹੀਦ ਜਿਹੜਾ ਹੈ ਹਮੇਸ਼ਾ ਵਸਦੇ ਰਹੇ ਹੈ, ਵਸਦੇ ਹਨ ਤੇ ਵਸਦੇ ਰਹਿਣਗੇ, ਦੋਰਾਵਾਂ ਨਹੀਂ, ਹਮੇਸ਼ਾ ਵਸਦੇ ਰਹਿਣਗੇ। ਸੋ ਬਹੁਤਾ ਲੰਬਾ ਸਮਾਂ ਮੈਂ ਆਪ ਜੀ ਦਾ ਨਹੀਂ ਲੈਣਾ। ਜਿੰਨੇ ਸ਼ਹੀਦਾਂ ਦੇ ਪਰਿਵਾਰ ਹੈ, ਕਿਉਂਕਿ ਪਰਿਵਾਰਾਂ ਦੀ ਵੀ ਕੁਰਬਾਨੀ ਹੈ, ਜਿੰਨੇ ਸਾਡੇ ਜੇਲ੍ਹ ਦੇ ਵਿੱਚ ਬੈਠੇ ਬੰਦੀ ਹੈ ਉਹਨਾਂ ਦੇ ਪਰਿਵਾਰਾਂ ਦੀ ਵੀ ਕੁਰਬਾਨੀ ਹੈ, ਜਿਹੜੇ ਅਦਾਲਤਾਂ ਕੱਢਦੇ 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 ਕੱਢਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।